Again. Hello, hello. Yes. In color! In color! Bale Sonial! ਲੁਧਿਆਣੇ ਵਾਲਿਓ, ਅੱਜ ਜੋ ਜੋਸ਼, ਜਨੂਨ, ਜਜ਼ਬਾ, ਸ਼ਿੱਦਤ ਤੁਸੀਂ ਦਿਖਾ ਰਹੇ ਹੋ, ਮੈਨੂੰ ਲੱਗਦਾ ਬਹੁਤ ਸਾਰੇ ਟੀਵੀ ਚੈਨਲਾਂ ਨੂੰ ਅੱਜ ਲੁਧਿਆਣੇ ਬਾਰੇ ਤਾਂ ਇਹ ਕਹਿਣਾ ਪਊਗਾ ਕਿ ਇਹ ਤਾਂ ਜੀ ਆਮ ਆਦਮੀ ਪਾਰਟੀ ਦੇ ਖਾਤੇ 'ਚ ਲਿਖ ਦਿਓ, ਕਿਉਂਕਿ ਆਹ ਤੁਹਾਡਾ ਜਿਹੜਾ ਜੋਸ਼ ਤੇ ਜਨੂਨ ਹੈ ਇਹ ਇਕੱਲਾ ਈਸਟ ਦੇ ਵਿੱਚ ਨਹੀਂ, ਇਹ ਲੁਧਿਆਣੇ ਦੇ ਪਰਲੇ ਪਾਸੇ ਤੱਕ ਸੁਣਦਾ। ਸੋ ਵੀਰੋ, ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਸਾਰੇ ਪੰਜਾਬ 'ਚ, ਇਸ ਤੋਂ ਬਾਅਦ ਮੈਂ ਰਾਏਕੋਟ ਜਾਣਾ, ਕੱਲ ਮੈਂ ਮੋਗੇ ਸੀ, ਜੈਤੋਂ ਸੀ, ਕੱਲ ਨੂੰ ਮੈਂ ਉੱਧਰ ਬੁਲਾਡੇ ਵੱਲ ਜਾਣਾ, ਮਾਨਸਾ, ਤਲਵੰਡੀ ਸਾਬੋ, ਜਿੱਥੇ ਜਾਂਦਾ ਬਿਲਕੁਲ ਸੇਮ ਇੱਕੋ ਜਿਹੀਆਂ ਆਵਾਜ਼ਾਂ ਨੇ, ਇੱਕੋ ਜਿਹੇ ਨਾਅਰੇ ਨੇ, ਇੱਕੋ ਹੀ ਜਜ਼ਬਾ ਹੈ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ, ਇਨਕਲਾਬ। ਸੋ ਵੀਰੋ, ਲੁਧਿਆਣੇ ਦੀ ਤਰੱਕੀ ਲਈ, ਲੁਧਿਆਣੇ ਦੇ ਵਿਕਾਸ ਲਈ ਬਹੁਤ ਕੁਛ ਕਰਨ ਦੀ ਲੋੜ ਹੈ। ਸਾਨੂੰ ਕਿਤਾਬਾਂ 'ਚ ਇਹੀ ਪੜ੍ਹਾਈ ਗਏ ਨੇ ਕਿ ਲੁਧਿਆਣੇ ਨੂੰ ਪੰਜਾਬ ਦਾ ਮਾਨਚੈਸਟਰ ਕਿਹਾ ਜਾਂਦਾ, ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ, ਪਰ ਵੀਰੋ ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਬਹੁਤ ਚੱਲ ਪਈਆਂ। ਜੇ ਦਿਲ ਠੀਕ ਨਹੀਂ ਹੋਊਗਾ, ਦਿਲ ਤੰਦਰੁਸਤ ਨਹੀਂ ਹੋਊਗਾ ਤਾਂ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ। ਸੋ ਲੁਧਿਆਣਾ ਜੇ ਦਿਲ ਹੈ ਤਾਂ ਸਭ ਤੋਂ ਪਹਿਲਾਂ ਦਿਲ ਨੂੰ ਤੰਦਰੁਸਤ ਕਰਨਾ ਆਪਣਾ ਫਰਜ਼ ਹੈ, ਲੁਧਿਆਣਾ ਰੂਪੀ ਦਿਲ ਜਿਹੜਾ ਪੰਜਾਬ ਦਾ। ਬਹੁਤ ਕੁਛ ਮੇਰੇ ਮਨ 'ਚ ਲੁਧਿਆਣੇ ਬਾਰੇ ਰਚਿਆ ਪਿਆ, ਕਿਉਂਕਿ ਮੇਰੀ ਕਰਮ ਭੂਮੀ ਹੈ। ਮੈਂ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ, ਮੈਂ ਉੱਧਰ ਅਗਰ ਨਗਰ ਵਾਲੀ ਸਾਈਡ 'ਤੇ ਰਹਿੰਦਾ ਹੁੰਦਾ ਸੀ, ਆਦਰਸ਼ ਕਲੋਨੀ, ਅਗਰ ਨਗਰ, ਭਾਈ ਰਣਜੀਤ ਸਿੰਘ ਨਗਰ, ਭਾਈ ਰਾਜਗੁਰੂ ਨਗਰ, ਇੱਥੇ ਵੀ ਆਉਂਦਾ ਹੁੰਦਾ ਸੀ, ਭਦੌੜ ਹਾਊਸ, ਚੌੜਾ ਬਾਜ਼ਾਰ, ਸਭ ਮੈਂ ਗਾਹੇ ਹੋਏ ਇਲਾਕੇ। ਸੋ ਮੇਰੀ ਕਰਮ ਭੂਮੀ ਹੈ। ਸੋ ਮੈਂ ਚਾਹੁੰਦਾ ਮੇਰੀ ਕਰਮ ਭੂਮੀ, ਜੇ ਮੇਰੇ ਹੱਥ 'ਚ ਕੋਈ ਪੈਨਸਲ ਹੈ, ਜੇ ਹੱਥ 'ਚ ਕੋਈ ਤਾਕਤ ਹੈ, ਤਾਂ ਮੈਂ ਕਰਮ ਭੂਮੀ ਵਾਸਤੇ ਚਲਾਵਾਂ ਅਤੇ ਇਹਨੂੰ ਸਭ ਤੋਂ ਖੂਬਸੂਰਤ ਬਣਾਵਾਂ, ਤਾਂ ਕਿ ਜਿਹੜਾ ਵਪਾਰੀ ਬਾਹਰੋਂ ਕਿਹੜਾ ਲੁਧਿਆਣੇ ਆਉਂਦਾ ਉਹ ਦੁਬਾਰਾ ਜਾਵੇ ਨਾ, ਬਲਕਿ ਆਪਣੇ ਗੁਆਂਢੀ ਨੂੰ ਬੁਲਾਵੇ ਕਿ ਤੂੰ ਵੀ ਇੱਥੇ ਆ ਜਾ। ਇੰਨੀ ਭਾਰੀ ਗਿਣਤੀ ਦੇ ਵਿੱਚ ਤੁਹਾਡਾ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ, ਗਰਮੀ ਬਹੁਤ ਹੈ, ਇਸ ਵਕਤ ਵੀ 44 ਡਿਗਰੀ ਹੈ, ਬਾਜ਼ਾਰਾਂ 'ਚ ਆਉਣਾ, ਆਪਣੀਆਂ ਬਾਲਕੋਨੀਆਂ, ਮਕਾਨਾਂ, ਦੁਕਾਨਾਂ 'ਚੋਂ ਬਾਹਰ ਨਿਕਲ ਕੇ ਬੱਚਿਆਂ ਸਮੇਤ ਆਉਣਾ,
ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ, ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ, ਮਾਪਿਆਂ ਨੂੰ ਵੀ ਖੁਸ਼ਖਬਰੀ ਕਿ ਗਰਮੀ ਪੈ ਰਹੀ ਹੈ, ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ੍ਹ ਤੋਂ ਹੀ ਕਰਤੀਆਂ, ਕਿਉਂਕਿ ਗਰਮੀ ਬਹੁਤ ਜ਼ਿਆਦਾ, ਬੱਚੇ 12-1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਥੋੜ੍ਹਾ ਜਿਹਾ ਬੱਚਿਆਂ ਨੂੰ। ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ, ਪੜ੍ਹਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ। ਪਰ ਵੀਰੋ ਆਹ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਦੁਨੀਆਂ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜੀ, ਇਹਨੂੰ ਤੁਸੀਂ ਕਿਸੇ ਭਾਅ ਨਹੀਂ ਵੇਚ ਸਕਦੇ, ਇਹ ਅਨਮੋਲ ਚੀਜ਼ ਹੈ, ਅਨਮੋਲ ਚੀਜ਼ ਹੈ, ਇਹਨੂੰ ਕਿਸੇ ਭਾਅ ਨਹੀਂ, ਇਹਦੀ ਤਾਂ ਬਿਲਕੁਲ ਹੀ ਕੀਮਤ ਨਹੀਂ ਜਿਹੜੇ ਜਿਹੜਾ ਤੁਸੀਂ ਸਿਰ 'ਤੇ ਫੁੱਲ ਸਿੱਟ ਰਹੇ ਹੋ। ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦੇ, ਰੁਕ ਜਾਓ। ਸੋ ਵੀਰੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ, ਉਹ ਤਾਂ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਾਲ ਹਾਲਤ ਹੋਈ ਪਈ ਹੈ। ਬਾਈ ਜੀ ਕਹਿ ਲਓ ਜੀ, ਬਾਈ ਜੀ ਕਹਿ ਲਓ, ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜੀ ਨੂੰ ਬਾਈ ਜੀ ਕਹਿ ਲੈਂਦੇ ਹਾਂ, ਕਿਉਂਕਿ ਮੈਂ ਤੁਹਾਡੇ 'ਚੋਂ ਹੀ ਹਾਂ, ਪਹਿਲਾਂ ਵਾਲੇ ਤਾਂ ਕਾਕਾ ਜੀ, ਸਾਹਿਬ ਜੀ, ਮਹਾਰਾਜਾ ਸਾਹਿਬ ਜੀ, ਛੋਟੇ ਰਾਜਾ ਸਾਹਿਬ ਜੀ, ਬੀਬਾ ਜੀ, ਛੋਟੇ ਬੀਬਾ ਜੀ, ਆ ਪਹਿਲੀ ਵਾਰ ਹੈ ਬਾਈ ਜੀ, ਕਿਵੇਂ ਹੋ? ਠੀਕ ਆ, ਪੱਪੀ ਆਪਣਾ ਨੰਬਰ ਕਿੰਨੇ ਨਵੇਂ ਨੰਬਰ 'ਤੇ ਆਪਣਾ ਬਟਨ? ਪਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ, ਬਟਨ ਤੇ ਵੀ ਜਿਹੜਾ ਮਸ਼ੀਨ 'ਚ ਆ ਉਹ ਵੀ ਬਟਨ 1 ਨੰਬਰ 'ਤੇ ਹੈ, ਆਉਣਾ ਵੀ 1 ਨੰਬਰ 'ਤੇ ਹੈ, ਹੋਰ ਕੋਈ ਬਟਨ ਵੱਲ ਦੇਖਿਓ ਨਾ ਚਿੱਟਾ ਮੋਤੀਆ ਉਤਰਿਆਊਗਾ, ਕੋਈ ਪਤਾ ਨਹੀਂ ਕੀ ਕੀਤਾ ਪਿਆ, ਇੱਕੋ ਵਿਚਾਰਾ ਬਠਿੰਡੇ ਵਾਲਾ ਲਿਆ ਕੇ ਇੱਥੇ ਸਿੱਟਤਾ, ਉਹ ਬਿੱਟੂ, ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ੍ਹ ਕਿਹੜੀ ਪਾਰਟੀ ਵੱਲੋਂ ਹਾਂ, ਉਹ ਭਾਲਦਾ ਫਿਰਦਾ ਵੀ ਪਠਨ ਮੇਰਾ ਕਿੱਧਰ ਗਿਆ, ਹਜੇ ਕਈ ਇੰਟਰਵਿਊਆਂ 'ਚ ਕਾਂਗਰਸ ਕਹਿ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਬੀਜੇਪੀ, ਥੋੜ੍ਹਾ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗੂ। ਸੋ ਵੀਰ ਆਪਾਂ ਉਹਨਾਂ ਤੋਂ ਕੁਛ ਨਹੀਂ ਲੈਣਾ, ਆਪਾਂ 'ਚ ਲੜੀ ਜਾਣ, ਆਪਾਂ ਨੇ ਤੋਂ ਕੀ ਲੈਣਾ, ਆਪਾਂ ਸਕੂਲਾਂ ਦੀ ਗੱਲ ਕਰੀਏ, ਆਪਾਂ ਹਸਪਤਾਲਾਂ ਦੀ ਗੱਲ ਕਰੀਏ, ਆਪਾਂ ਬਿਜਲੀ ਦੀ ਗੱਲ ਕਰੀਏ, ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ, ਆਪਾਂ ਸੀਵਰੇਜ ਦੀ ਗੱਲ ਕਰੀਏ, ਆਪਾਂ ਵਪਾਰ ਦੀ ਗੱਲ ਕਰੀਏ, ਦੁਕਾਨਦਾਰ ਦੀ ਗੱਲ ਕਰੀਏ, ਕਿਸਾਨ ਦੀ ਗੱਲ ਕਰੀਏ, ਮਜ਼ਦੂਰ ਦੀ ਗੱਲ ਕਰੀਏ, ਬਸ ਮੈਂ ਤਾਣਾ ਬਾਣਾ ਬੁਣਿਆ ਪਿਆ, ਤਵੀਤ ਬਣਾਈ ਜਾਂਦਾ, ਬਸ ਡੌਲੇ ਫੜਾ ਦਿਓ, ਬੰਨਣੇ ਹੀ ਨੇ ਵੀਰੋ, ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਂਦਾ, ਅਕਤੂਬਰ ਤੱਕ ਮੇਰੇ ਕੋਲ ਹਿਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋਊਗੀ, ਜਿਹੜਾ ਬੱਚਤ ਹੋਊਗੀ ਬਜਟ 'ਚ, ਬਸ ਉਹ ਤੋਂ ਬਾਅਦ ਮੇਰਾ ਪਹਿਲੀ ਗਰੰਟੀ ਜਿਹੜੀ ਰਹੇਗੀ, ਹਾਲਾਂਕਿ 5 ਸਾਲ 'ਚ ਪੂਰੀ ਕਰਨੀ ਸੀ, 7000 ਕਰੋੜ ਦੀ ਗਰੰਟੀ ਨਹੀਂ ਹੈਗੀ, ਉਹ 5200-5500 ਕਰੋੜ ਦੀ ਹੈ, ਪਰ 7000 ਕਰੋੜ ਰੁਪਈਆ ਬਚਾ ਕੇ
ਵਧੀਆ ਲਾਣੇਦਾਰ ਉਹੀ ਹੁੰਦਾ ਜਿਹੜਾ ਘਰ ਦੇ ਖਰਚਿਆਂ ਚੋਂ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਘਰ ਨੂੰ ਉੱਚਾ ਲੈ ਕੇ ਜਾਵੇ। 7,000 ਕਰੋੜ ਦੀ ਬਜਟ ਹੋਊਗੀ, ਉਹ 5,200 ਤੋਂ 5,500 ਕਰੋੜ ਦੀ ਸਭ ਤੋਂ ਪਹਿਲਾਂ ਜਿਹੜੀ ਕਿਸ਼ਤ ਹੈ ਉਹ ਵਰਤਣ ਵਾਸਤੇ ਲੋਕਾਂ 'ਤੇ। ਆਹ ਸਾਡੀਆਂ ਮਾਵਾਂ ਭੈਣਾਂ ਦਾ ਸਤਿਕਾਰ ਸਨਮਾਨ ਜਿਹੜਾ 1,000 ਰੁਪਇਆ ਬੋਲਿਆ ਹੋਇਆ ਉਹ ਕਰਾਂਗੇ। ਕਰਨ ਨੂੰ ਮੈਂ ਜਿਵੇਂ ਕਰਨਾ ਹੁੰਦਾ ਉਹ ਵੈਸੀ ਨਕਲੀ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਕਰ ਦਿੰਦਾ ਵੀ ਚਲੋ 4 ਕੁ ਮਹੀਨੇ ਆਪਾਂ ਪੈਸੇ ਦੇ ਦਿੰਦੇ ਹਾਂ, ਵੋਟਾਂ ਲੰਘ ਜਾਣਗੀਆਂ, ਫਿਰ ਆਪਾਂ ਸਕੀਮ ਬੰਦ ਕਰ ਦਾਂਗੇ। ਨਾ, ਮੈਂ ਤੁਹਾਨੂੰ ਪਹਿਲਾਂ ਦੱਸੀ ਜਾਂਦਾ, ਜਿੱਦੇ ਸਕੀਮ ਸ਼ੁਰੂ ਹੋ ਗਈ ਸਾਰੀ ਜ਼ਿੰਦਗੀ ਫਿਰ ਬੰਦ ਨਹੀਂ ਹੋਣੀ, ਉਹ ਚੱਲੂਗੀ। ਜਿਵੇਂ ਬਿਜਲੀ ਦਾ ਬਿੱਲ ਹੈ, 0 ਇੱਕ ਵਾਰੀ ਆ ਗਿਆ, ਮੁੜ ਕੇ ਤਾਂ ਨਹੀਂ ਨਾ ਕੋਈ ਪ੍ਰੋਬਲਮ ਆਈ, ਹਰ ਬਿੱਲ 0 ਆਇਆ ਕਰੂਗਾ। ਇਸ ਤਰ੍ਹਾਂ ਹਰ ਮਹੀਨੇ ਤੁਹਾਨੂੰ ਸ਼ਗਨ ਦੇ ਪੈਸੇ ਪਹੁੰਚਿਆ ਕਰਨਗੇ ਭੈਣਾਂ ਨੂੰ ਮਾਵਾਂ ਨੂੰ। ਥੋੜ੍ਹਾ ਟਾਈਮ ਲੱਗ ਜੂਗਾ, 5-7 ਮਹੀਨੇ ਲੱਗ ਜਾਣਗੇ, ਪਰ ਪੱਕੇ ਪੈਰੀ ਕਰੂੰਗਾ ਮੈਂ। ਸੋ ਇਸ ਕਰਕੇ ਤੁਹਾਡੇ ਕੋਲ ਆਇਆ। ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ, ਉਹਨਾਂ ਨੇ ਅੰਦਰ ਕਰਤਾ ਸੀ, ਉਹਨੂੰ ਲੱਗਦਾ ਸੀ ਸ਼ਾਇਦ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ, ਪਰ ਉਹਨਾਂ ਨੂੰ ਪਤਾ ਨਹੀਂ ਕੇਜਰੀਵਾਲ ਇੱਕ ਵਿਅਕਤੀ ਨਹੀਂ, ਇੱਕ ਸੋਚ ਦਾ ਨਾਮ ਹੈ। ਬੰਦੇ ਨੂੰ ਤਾਂ ਫੜ ਲਓਗੇ ਪਰ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ? ਸੋ ਇਸ ਕਰਕੇ ਕੇਜਰੀਵਾਲ ਸਾਹਿਬ ਵੀ ਬਾਹਰ ਆ ਗਏ, ਉਹ ਦਿੱਲੀ ਪ੍ਰਚਾਰ ਕਰ ਰਹੇ ਨੇ, ਔਰ ਮੈਥੋਂ ਇਹ ਪੁੱਛਦੇ ਨੇ, ਇਹ ਗੱਲ ਉਹਨਾਂ ਦੀ ਕਮਾਲ ਹੈ, ਮੈਥੋਂ ਸ਼ਾਮ ਨੂੰ ਪੁੱਛਦੇ ਨੇ ਅੱਜ ਕਿੱਥੇ ਕਿੱਥੇ ਸੀ, ਮੈਂ ਕਹੂੰਗਾ ਜੀ ਲੁਧਿਆਣਾ ਅਤੇ ਰਾਏਕੋਟ। ਅੱਛਾ, ਬਾਕੀ ਭਾਸ਼ਣ ਤਾਂ ਆਪਣਾ ਸੱਚਾ ਹੀ ਹੁੰਦਾ, ਜੋ ਬੋਲਿਆ ਹੋਊ ਸੱਚ ਬੋਲਿਆ ਹੋਊ। ਬਸ ਮੈਨੂੰ ਨਾਅਰੇ ਦੱਸਦੇ ਇਨਕਲਾਬ ਜਿੰਦਾਬਾਦ ਦੇ, ਉਹ ਕਿੰਨੀ ਕੁ ਸ਼ਿੱਦਤ ਨਾਲ ਲੱਗ ਰਹੇ ਸੀ, ਮੈਂ ਸੁਣਨੇ ਨੇ, ਫਿਰ ਮੈਂ ਵੀਡੀਓ ਭੇਜਦਾ ਜੀ ਇਕੱਲੇ ਨਾਅਰਿਆਂ ਦੀ, ਫਿਰ ਉਹ ਨਾਅਰਿਆਂ ਤੋਂ ਪਤਾ ਲੱਗ ਜਾਂਦਾ ਉਹਨਾਂ ਨੂੰ, ਕਹਿੰਦਾ ਵੀ ਇਹਦਾ ਮਤਲਬ ਦਿਹਾੜੀ ਵਾਲੇ ਨਹੀਂ ਹੈਗੇ, ਇਹ ਕਿਸੇ ਲਾਲਚ ਦੇਖ ਕੇ ਨਹੀਂ ਬੁਲਾਏ ਹੋਏ, ਤਾਂ ਫਿਰ ਆਪਣੇ ਜਮਾਂ ਪੱਕੇ ਨੇ, ਇਹਦਾ ਭਮੱਕੜ ਨੇ ਭਮੱਕੜ। ਸੋ 2 ਨਾਅਰੇ ਲਾ ਦਿਓ ਦੋਨੇ ਹੱਥ ਉੱਪਰ ਚੱਕ ਕੇ, ਤੇ ਲੁਧਿਆਣਾ ਨੰਬਰ 1 ਆ ਹੁਣ ਤੱਕ ਨਾਅਰਿਆਂ ਚ ਹੁਣ ਤੱਕ ਬਾਘਾ ਪੁਰਾਣਾ ਅੱਗੇ ਚੱਲ ਰਿਹਾ ਹੈ, ਬਾਘਾ ਪੁਰਾਣਾ ਨਾਅਰਿਆਂ ਚ ਅੱਗੇ ਚੱਲ ਰਿਹਾ ਹੈ, ਤੇ ਉਧਰ ਭੀਖੀ ਵਿੰਡ 2 ਨੰਬਰ ਤੇ ਚੱਲ ਰਿਹਾ ਹੈ। ਤੇ ਲੁਧਿਆਣੇ ਅੱਜ ਆਏ ਹਾਂ, ਤੇ ਅੱਜ ਫਿਰ ਇੰਨੀ ਜ਼ੋਰ ਦੀ ਨਾਅਰੇ ਲਾ ਦਿਓ ਕਿ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਿਵੇਂ IPL 'ਚ 4 ਟੀਮਾਂ ਕੁਆਲੀਫਾਈ ਕਰਦੀਆਂ, ਤੁਸੀਂ ਵੀ ਕੁਆਲੀਫਾਈ ਕਰ ਜਾਓ। ਦੋਨੇ ਹੱਥ ਉੱਪਰ ਚੱਕ ਕੇ 2 ਨਾਅਰੇ ਲਾ ਦਿਓ, ਇਨਕਲਾਬ। ਥੋੜ੍ਹਾ ਜਿਹਾ ਹੋਰ ਇੱਕ ਚਾਂਸ ਹੋਰ ਦਿੰਦੇ ਹਾਂ, ਚੱਕ ਸਕਦੇ ਹੋ ਹੋਰ ਉੱਚੀ, ਕਿਉਂਕਿ ਜਿੰਨੀ ਗਿਣਤੀ ਹੈ ਗੂੰਜੇ ਅਸਮਾਨ। ਆਪਾਂ ਬਾਕੀ ਪਾਰਟੀਆਂ ਦੇ ਕੈਂਡੀਡੇਟ ਇੱਥੇ ਫਿਰਦੇ ਹੋਣੇ, ਉਹਨਾਂ ਨੂੰ ਵੀ ਐਂ ਜਿਹਾ ਲੱਗੇ ਵੀ ਆਹ ਕਾਰ ਦਾ ਸ਼ੀਸ਼ਾ ਜਿਹਾ ਕਿਉਂ ਹੱਲੇ, ਕੀ ਹੋ ਗਿਆ, ਉਹਨਾਂ ਨੂੰ ਕੋਈ ਦੱਸੇ ਜੀ ਇੱਧਰ ਭਗਵੰਤ ਮਾਨ ਆਇਆ ਹੋਇਆ। ਦੋਨੇ ਹੱਥ ਉੱਪਰ ਜਾ ਕੇ ਇਨਕਲਾਬ, ਇਨਕਲਾਬ, ਭਾਰਤ ਮਾਤਾ ਕੀ ਬੋਲੇ ਸੋਨਿਆ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਭੋਲਾ ਗਰੇਵਾਲ ਜੀ, ਤੁਹਾਡੇ MLA ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਅਰੇਂਜਮੈਂਟ ਕੀਤਾ। ਪੱਪੀ ਜੀ ਤੁਹਾਡੇ ਕੈਂਡੀਡੇਟ ਨੇ ਉਹਨਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਹੈ। ਆਰਾਮ ਨਾਲ ਜਾਇਓ, ਹੌਲੀ ਜਾਇਓ, ਮਾਵਾਂ ਭੈਣਾਂ ਨੇ, ਛੋਟੇ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਬਹੁਤ ਬਹੁਤ ਧੰਨਵਾਦ। ਜੋ ਦੁਬਾਰਾ ਬੁਲਾਉਂਗੇ ਫਿਰ ਹਾਜ਼ਰ ਹੋਵਾਂਗੇ, ਕੇਜਰੀਵਾਲ ਸਾਹਿਬ ਵੀ ਨਾਲ ਆਉਣਗੇ। ਇਨਕਲਾਬ ਜ਼ਿੰਦਾਬਾਦ।